ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਪੀਐਸਪੀਸੀਐਲ ਦੇ ਵੱਲੋਂ ਗ੍ਰੈਜੂਏਟ ਟੈਕਨੀਸ਼ੀਅਨ ਅਪਰੈਂਟਸ਼ਿਪ ਦੇ ਉਮੀਦਵਾਰਾਂ ਦੀ ਚੋਣ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਦੇ ਸਬੰਧ ਵਿੱਚ ਡਾਕੂਮੈਂਟ ਚੈਕਿੰਗ ਜਿਹੜੀ 26 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਲਈ ਇੰਪੋਰਟੈਂਟ ਫਾਰਮ ਜਿਹੜੇ ਤੁਹਾਡੇ ਮਹੱਤਵਪੂਰਨ ਫਾਰਮ ਹੈ ਉਹ ਕਿਸ ਤਰੀਕੇ ਨਾਲ ਭਰੇ ਜਾਣੇ ਨੇ ਸੌਖੇ ਤਰੀਕੇ ਨਾਲ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਈ ਕੈਂਡੀਡੇਟਸ ਦੇ ਕਮੈਂਟ ਆ ਰਹੇ ਸੀ ਕਮੈਂਟ ਬਾਕਸ ਦੇ ਵਿੱਚ ਕਿ ਫਾਰਮ ਭਰਨੇ ਵੀ ਦੱਸਦੇ ਹਾਂ ਤਾਂ ਤੁਹਾਨੂੰ ਉਹਦੇ ਲਈ ਫਾਰਮ ਭਰਨੇ ਅੱਜ ਦੱਸਾਂਗੇ ਮਹੱਤਵਪੂਰਨ ਫਾਰਮ ਜਿਹੜੇ ਤਿੰਨ ਨੇ ਅਟੈਸਟੇਸ਼ਨ ਫਾਰਮ ਸਵੇਖੋਸ਼ਨਾ ਫਾਰਮ ਹਰਜਾਨਾ ਪੂਰਤੀ ਬੌਂਡ ਜਿਹੜਾ ਹੈ ਇਹ ਤਿੰਨੋਂ ਫਾਰਮ ਤੁਸੀਂ ਕਿਵੇਂ ਫਿਲ ਕਰਨੇ ਆ ਕਿਹਨਾਂ ਦੇ ਉੱਤੇ ਸਾਈਨ ਹੋਣੇ ਆ ਔਰ ਕੀ ਪ੍ਰੋਸੀਜਰ ਹੈ ਇਹਨੂੰ ਪੂਰਾ ਕਰਨ ਦਾ ਉਹ ਪੂਰੀ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਸੋ ਬਿਨਾ ਸਕਿਪ ਕੀਤੇ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਇਹ ਫਾਰਮ ਹੈ ਜਿਹੜੇ ਸੌਖੇ ਤਰੀਕੇ ਨਾਲ ਭਰਨੇ ਆਉਣ ਤੇ ਤੁਸੀਂ ਇਹ ਫਾਰਮ ਜਲਦੀ ਪੂਰੇ ਕਰ ਸਕੋ ਸਟੇ ਕਨੈਕਟਡ ਸਟੇ ਅਪਡੇਟਡ ਇਸ ਚੈਨਲ ਨਾਲ ਜੁੜੇ ਰਹੋ ਔਰ ਅਪਡੇਟ ਰਹੋ ਮੋਡਲੀ ਜਾਣਕਾਰੀ ਜੇ ਤੁਹਾਨੂੰ ਦੱਸਤੀਏ ਕਿ 11 23 ਨੂੰ ਡਿਗਰੀ ਡਿਪਲੋਮਾ ਹੋਲਡਰਾਂ ਤੋਂ ਇੱਕ ਸਾਲਾ ਗ੍ਰੈਜੂਏਟ ਟੈਕਨੀਸ਼ੀਅਨ ਅਪਰੈਂਟਸ਼ਿਪ ਲਈ 439 ਸੀਟਾਂ ਲਈ ਅਪਰੈਂਟਸ਼ਿਪ ਜਾਂ ਉਮੀਦਵਾਰਾਂ ਦੀ ਚੋਣ ਦੇ ਲਈ ਪੀਐਸਪੀਸੀਐਲ ਦੇ ਵੱਲੋਂ ਅਰਜ਼ੀਆਂ ਮੰਗੀਆਂ ਗਈਆਂ ਸੀ ਜਿੰਨਾਂ ਦੀ ਜਿਹੜੀ ਦਸਤਾਵੇਜ਼ਾਂ ਦੀ ਚੈਕਿੰਗ ਦੇ ਲਈ ਸ਼ਡਿਊਲ ਐਸਮਾਨਾਰਨੀ ਉਹ ਜਾਰੀ ਹੋ ਚੁੱਕੀ ਹੈ ਉਹਦੀ ਵੀਡੀਓ ਤੁਹਾਡੇ ਨਾਲ ਪਹਿਲਾਂ ਹੀ ਸਾਂਝੀ ਕਰ ਚੁੱਕੇ ਹਾਂ 26 April ਤੋਂ ਇਹਦੀ ਜਿਹੜੀ ਡਾਕੂਮੈਂਟਸ ਦੀ ਚੈਕਿੰਗ ਹੈ ਗ੍ਰੈਜੂਏ اور ਡਿਪਲੋਮਾ ਹੋਲਡਰਸ ਦੀ ਉਹ ਸ਼ੁਰੂ ਹੋਣ ਜਾ ਰਹੀ ਹੈ ਮਹੱਤਵਪੂਰਨ ਦਸਤਾਵੇਜ਼ ਜਿਹੜੇ ਫਾਰਮ ਨੇ ਕਿਵੇਂ ਭਰਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਉਮੀਦ ਹੈ ਤੁਸੀਂ ਅੱਜ ਤੋਂ ਹੀ ਇਹ ਜਿਹੜਾ ਡਾਕੂਮੈਂਟਸ ਨੇ ਆਪਣੇ ਪੂਰੇ ਕਰਨੇ ਸ਼ੁਰੂ ਕਰਤੇ ਹੋਣੇ ਆਪਣੇ ਡਾਕੂਮੈਂਟਸ ਜਿਹੜੇ ਕੁਆਲਿਫੀਕੇਸ਼ਨ ਦੇ ਆ ਉਹਨਾਂ ਦੇ ਸੈੱਟ ਬਣਾਉਣੇ ਸ਼ੁਰੂ ਕਰ ਦਿੱਤੇ ਹੋਣੇ ਸੋ ਇਸੇ ਕਰਕੇ ਤੁਹਾਡੀ ਹੈਲਪ ਦੇ ਲਈ ਬੜੀ ਜਲਦ ਤੋਂ ਜਲਦ ਸਵੇਰੇ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾ ਫਾਰਮ ਹੈ ਅਟੈਸਟੇਸ਼ਨ ਫਾਰਮ ਇਸ ਨੂੰ ਤੁਸੀਂ ਚੱਲਦੀ ਵੀਡੀਓ ਦੇ ਵਿੱਚ ਜ਼ੂਮ ਕਰਕੇ ਦੇਖ ਸਕਦੇ ਹੋ ਅਟੈਸਟੇਸ਼ਨ ਫਾਰਮ ਨੂੰ ਮੈਂ ਦੋ ਪਾਰਟ ਦੇ ਵਿੱਚ ਤੁਹਾਨੂੰ ਐਕਸਪਲੇਨ ਪਹਿਲਾ ਉੱਪਰਲਾ ਹਿੱਸਾ ਫਿਰ ਐਸੇ ਫਾਰਮ ਦਾ ਨੀਚੇ ਵਾਲਾ ਹਿੱਸਾ ਸਭ ਤੋਂ ਪਹਿਲਾਂ ਟੈਸਟ ਸਟੇਸ਼ਨ ਫਾਰਮ ਇਸ ਦੇ ਉੱਪਰ ਲਿਖਿਆ ਹੈ ਮੇਰੀ ਤੁਹਾਨੂੰ ਸਲਾਹ ਹੈ ਕਿ ਤੁਸੀਂ ਇੱਕ ਕਾਪੀ ਪੈਨ ਲਓ ਔਰ ਉੱਥੇ ਪੁਆਇੰਟ ਜਿਹੜੇ ਇੰਪੋਰਟੈਂਟ ਤੁਹਾਨੂੰ ਯਾਦ ਰੱਖਣ ਵਾਲਾ ਉਹ ਤੁਸੀਂ ਨੋਟ ਕਰਦੇ ਰਹੋ ਤਾਂ ਕਿ ਤੁਸੀਂ ਫਾਰਮ ਭਰਨ ਸਮੇਂ ਕਿਸੇ ਤਰ੍ਹਾਂ ਦੀ ਗਲਤੀ ਨਾ ਕਰੋ ਔਰ ਦੁਬਾਰਾ ਇਸ ਵੀਡੀਓ ਨੂੰ ਦੇਖਣਾ ਨਾ ਪਵੇ ਤੁਹਾਨੂੰ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਤੁਸੀਂ ਆਪਣਾ ਨਾਮ ਭਰਨਾ ਹੈ ਉਸ ਤੋਂ ਅਗਲੇ ਕਾਲਮ ਦੇ ਵਿੱਚ ਫਾਦਰ ਦਾ ਨੇਮ ਭਰਨਾ ਹੈ ਪ੍ਰੈਜ਼ੈਂਟ ਐਡਰੈਸ ਭਰਨਾ ਹੈ ਤੀਜੇ ਪੁਆਇੰਟ ਦੇ ਉੱਪਰ ਹਾਊਸ ਨੰਬਰ ਸਟਰੀਟ ਲੈਂਡਮਾਰਕ ਮਤਲਬ ਕੋਈ ਨੇੜੇ ਦਾ ਤੁਹਾਡਾ ਫੇਮਸ ਕੋਈ ਜਿਹੜਾ ਪੁਆਇੰਟ ਹੈ ਲੋਕੇਸ਼ਨ ਤੇ ਜਿਵੇਂ ਆਪਾਂ ਕਹਿ ਦਿੰਨਾ ਵੀ ਨੇੜੇ ਸਰਕਾਰੀ ਸਕੂਲ ਨੇੜੇ ਸਰਕਾਰੀ ਹਸਪਤਾਲ ਇਸ ਤਰ੍ਹਾਂ ਦਾ ਉਹਨੂੰ ਲੈਂਡਮਾਰਕ ਬੋਲਦੇ ਆ ਸਿਟੀ ਭਰਨਾ ਹੈ ਆਪਣਾ ਸ਼ਹਿਰ ਸਟੇਟ ਪਿੰਨ ਕੋਡ ਭਰਨਾ ਹੈ ਆਪਣਾ ਪੋਸਟਲ ਅਡਰੈਸ ਦਾ ਜਿਹੜਾ ਕੋਡ ਹੁੰਦਾ ਚੌਥੇ ਦੇ ਵਿੱਚ ਤੁਸੀਂ ਪੱਤਰ ਵਿਹਾਰ ਲਈ ਪਤਾ ਭਰਨਾ ਇਫ ਡਿਫਰੈਂਟ ਫਰੋਮ ਪ੍ਰੈਜ਼ੈਂਟ ਅਡਰੈਸ ਜੋ ਉੱਪਰ ਵਾਲੇ ਅਡਰੈਸ ਤੋਂ ਅਲੱਗ ਅਡਰੈਸ ਹੈ ਤੁਹਾਡਾ ਪਤਾ ਚਿੱਠੀ ਪੱਤਰ ਲਈ ਤਾਂ ਤੁਸੀਂ ਇੱਥੇ ਭਰ ਦੇਣਾ ਹੈ ਨਹੀਂ ਤਾਂ ਤੁਸੀਂ ਉੱਪਰ ਵਾਲਾ ਜੇ ਤੁਹਾਡਾ ਪੱਕਾ ਪਤਾ ਤੇ ਪੋਸਟਲ ਅਡਰੈਸ ਹੈ ਜਿਹੜਾ ਤੁਹਾਡਾ ਚਿੱਠੀ ਪੱਤਰ ਵਾਲਾ ਪਤਾ ਸੇਮ ਹੈ ਤਾਂ ਇੱਥੇ ਤੁਸੀਂ ਲਿਖ ਦੇਣਾ ਹੈ ਸੇਮ ਐਜ਼ ਅਬਵ ਸੇਮ ਐਜ਼ ਅਬਵ ਲਿਖ ਕੇ ਤੁਹਾਡਾ ਇੱਥੇ ਸਹੀ ਹੋ ਜਾਏਗਾ ਇਹ ਪੰਜਵੇਂ ਪੁਆਇੰਟ ਦੇ ਵਿੱਚ ਤੁਸੀਂ ਭਰਨਾ ਹੈ ਵੈਲਿਡ ਫੋਨ ਨੰਬਰ ਤੁਹਾਡਾ ਵੈਧ ਫੋਨ ਨੰਬਰ ਤੁਸੀਂ ਭਰ ਦੇਣਾ ਇੱਥੇ ਆਪਣਾ ਮੋਬਾਈਲ ਨੰਬਰ ਵੈਲਿਡ ਈਮੇਲ ਆਈਡੀ ਤੁਹਾਡਾ ਵੈਧ ਈਮੇਲ ਆਈਡੀ ਛੇਵੇਂ ਪੁਆਇੰਟ ਤੇ ਭਰਿਆ ਜਾਣਾ ਸੱਤਵੇਂ ਤੇ ਨੈਸ਼ਨੈਲਿਟੀ ਇੰਡੀਆ ਭਰਿਆ ਜਾਣਾ ਹੈ ਡੇਟ ਆਫ ਬਰਥ ਤੁਹਾਡੀ ਆਪਣੀ ਆਪਣੀ 8ਵੇਂ ਨੰਬਰ ਤੇ ਭਰੀ ਜਾਣੀ ਹੈ ਉਸ ਤੋਂ ਬਾਅਦ ਪੰਜਾਬ ਡੋਮਿਸਾਈਲ ਤੁਸੀਂ ਪੰਜਾਬ ਡੋਮਿਸਾਈਲ ਹੋ ਜਾਂ ਨਹੀਂ ਯੈਸ ਨੋ ਦੇ ਵਿੱਚ ਆਨਸਰ ਦੇਣਾ ਹੈ ਤਾਂ ਤੁਸੀਂ ਇੱਥੇ ਯੈਸ ਜਾਂ ਨੋ ਤੇ ਟਿਕ ਕਰ ਦੇਣਾ ਹੈ ਜੇ ਤੁਸੀਂ ਤੁਹਾਡੇ ਕੋਲ ਪੰਜਾਬ ਡੋਮਿਸਾਈਲ ਹੈ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਹੈ ਤਾਂ ਯੈਸ ਹੋਏਗਾ ਨਹੀਂ ਤਾਂ ਨੋ ਹੋਏਗਾ ਡੂ ਯੂ ਬਿਲੋਂਗ ਟੂ ਐਸਸੀ ਬੀਸੀ ਕੈਟਾਗਰੀ ਕੀ ਤੁਸੀਂ ਐਸਸੀ ਜਾਂ ਬੀਸੀ ਕੈਟਾਗਰੀ ਨੂੰ ਸੰਬੰਧ ਰੱਖਦੇ ਹੋ ਅੰਮ ਜੀਸੀ ਜਾਂ ਐਸਸੀ ਕੈਟੇਗਰੀ ਨਾਲ ਸੰਬੰਧ ਰੱਖਦੇ ਹੋ ਜੇਸ ਨੋ ਦੇ ਵਿੱਚ ਆਨਸਰ ਹੈ ਤਾਂ ਯੈਸ ਜਾਂ ਨੋ ਟਿਕ ਕਰ ਦੇਣਾ ਫਿਰ ਇਹ ਅਕੋਰਡਿੰਗਲੀ ਤੁਹਾਨੂੰ ਇਹ ਸਰਟੀਫਿਕੇਟ ਜਿਹੜੀ ਕੈਟੇਗਰੀ ਹੈ ਉਹਦਾ ਔਰ ਪੰਜਾਬ ਡੋਮਿਸਾਈਲ ਦਾ ਜਦੋਂ ਤੁਹਾਡੇ ਦਸਤਾਵੇਜ਼ ਦੀ ਚੈਕਿੰਗ ਆਉਣੀ ਹੈ ਉਦੋਂ ਤੁਹਾਨੂੰ ਸ਼ੋ ਕਰਨਾ ਪਏਗਾ ਉਦੋਂ ਤੁਹਾਨੂੰ ਨਾਲ オリジナル ਲੈ ਕੇ ਜਾਣਾ ਪਏਗਾ ਇਸ ਤੋਂ ਬਾਅਦ ਕੁਆਲਿਫਿਕੇਸ਼ਨ ਜਿਹੜੀ ਹੈ ਉਹ 10th ਤੇ ਦੂਸਰੇ ਨੰਬਰ ਤੇ ਡਿਗਰੀ ਜਾਂ ਡਿਪਲੋਮਾ ਇਹਨਾਂ ਦੀ ਡਿਟੇਲ ਤੁਹਾਡੇ ਵੱਲ ਭਰੀ ਜਾਣੀ ਐਸ ਫਾਰਮ ਦੇ ਵਿੱਚ ਐਜੂਕੇਸ਼ਨਲ ਕੁਆਲਿਫਿਕੇਸ਼ਨ 11 ਨੰਬਰ ਤੇ ਦਿੱਤੀ ਹੈ ਸਭ ਤੋਂ ਪਹਿਲਾਂ 10th ਦੀ ਤੁਸੀਂ ਨੇਮ ਆਫ ਸਕੂਲ ਇਥੇ ਫੁੱਲ ਐਡਰੈਸ ਉਸਦਾ ਪੜਨਾ ਹੈ ਡੇਟ ਆਫ ਐਂਟਰਿੰਗ ਤੁਸੀਂ ਕਦੋਂ ਜੁਆਇਨ ਕੀਤਾ ਸਕੂਲ ਡੇਟ ਆਫ ਲੀਵਿੰਗ ਸਕੂਲ ਕਦੋਂ ਛੱਡਿਆ 10ਵੀਂ ਕਲਾਸ ਦੇ ਲਈ ਜਿਹੜਾ ਸਕੂਲ ਤੁਹਾਡਾ 10ਵੀਂ ਕੀਤੀ ਜਿਹੜੇ ਸਕੂਲ ਤੋਂ ਉੱਥੋਂ ਤੁਹਾਡਾ ਦਾਖਲਾ ਕਦੋਂ ਹੋਇਆ ਤੇ ਕਿਹੜੀ ਡੇਟ ਨੂੰ ਤੁਸੀਂ ਉੱਥੋਂ ਸਕੂਲ ਛੱਡਿਆ ਇਹ ਤੁਹਾਨੂੰ ਸਕੂਲ ਦੇ ਰਿਕਾਰਡ ਚੋਂ ਮਿਲ ਜਾਣਾ ਹੈ ਡੇਟ ਆਫ ਐਂਟਰੀ ਔਰ ਡੇਟ ਆਫ ਲੀਵਿੰਗ ইয়ার ਆਫ ਐਗਜ਼ਾਮੀਨੇਸ਼ਨ ਪਾਸ ਕਿਹੜੇ ਸਾਲ ਦੇ ਵਿੱਚ ਤੁਸੀਂ ਇਹ ਪੇਪਰ ਜਿਹੜੇ 10ਵੀਂ ਦੇ ਪਾਸ ਕੀਤੇ 10ਵੀਂ ਕਲਾਸ ਪਾਸ ਕੀਤੀ ਉਸ ਤੋਂ ਬਾਅਦ ਇਸੇ ਤਰ੍ਹਾਂ ਡਿਗਰੀ ਜੇ ਤੁਸੀਂ ਡਿਗਰੀ ਹੋਲਡਰ ਹੋ ਕੋਈ ਵੀ ਜਨਰਲ ਡਿਗਰੀ ਜਾਂ ਬੀਟੈਕ ਜਾਂ ਤੁਸੀਂ ਡਿਪਲੋਮਾ ਹੋਲਡਰ ਹੋ ਤਾਂ ਇੱਥੇ ਤੁਸੀਂ ਆਪਣੇ ਕਾਲਮ ਇਹੀ ਸੇਮ ਇੱਥੇ ਭਰਨੇ ਆ ਪਹਿਲਾਂ ਨੇਮ ਆਫ ਕਾਲਜ ਐਡਰੈਸ ਪੂਰਾ ਐਡਰੈਸ ਉਹਦਾ ਡੇਟ ਆਫ ਐਂਟਰਿੰਗ ਕਦੋਂ ਤੁਸੀਂ ਜੁਆਇਨ ਕੀਤਾ ਇਸ ਇੰਸਟੀਚਿਊਟ ਨੂੰ ਕਾਲਜ ਨੂੰ ਜਿੱਥੇ ਤੁਸੀਂ ਡਿਗਰੀ ਜਾਂ ਡਿਪਲੋਮਾ ਕੀਤਾ ਈਅਰ ਆਫ ਐਗਜ਼ਾਮੀਨੇਸ਼ਨ ਕਦੋਂ ਤੁਸੀਂ ਡੇਟ ਆਫ ਲੀਵਿੰਗ ਕਦੋਂ ਤੁਸੀਂ ਲੀਵ ਕੀਤਾ ਕਦੋਂ ਤੁਸੀਂ ਇਹ ਕਿਹੜੇ ਸਾਲ ਦੇ ਵਿੱਚ ਪਾਸ ਕੀਤੀ ਕੁਆਲੀਫਿਕੇਸ਼ਨ ਇਹ ਤੁਹਾਡੇ 11 ਕਾਲਮ ਤੱਕ ਇਹ ਫਾਰਮ ਹੈ ਜਿਹੜਾ ਇੱਥੇ ਤੁਹਾਨੂੰ ਦੱਸ ਦਿੱਤਾ ਹੈ ਅਗਲਾ ਜਿਹੜਾ ਹੈ 12ਵਾਂ ਪੁਆਇੰਟ ਉਹ ਤੁਹਾਨੂੰ ਦੱਸ ਦਿਆਂ ਅਗਲੇ ਪਾਰਟ ਵਿੱਚ ਦੋ ਸਲਾਈਡ ਦੇ ਵਿੱਚ ਡਿਵਾਈਡ ਕੀਤਾ ਮੈਂ ਇਸ ਨੂੰ। ਪੁਆਇੰਟ 12 ਤੇ ਹੈਵ ਯੂ ਬੀਨ ਹੈਵ ਯੂ 에ਵਰ ਬੀਨ ਕਨਵਿਕਟਡ ਬਾਈ ਆ ਕੋਰਟ ਆਫ ਐਨੀ ਆਫੈਂਸਿਵ ਦਾ ਆਨਸਰ ਇਜ਼ ਜੈਸ ਦਾ ਫੁੱਲ ਪਾਰਟਿਕੁਲਰਸ ਆਫ ਦਾ ਸੈਂਟੈਂਸ ਸ਼ੁੱਡ ਬੀ ਗਿਵਨ ਕਿ ਤੁਹਾਨੂੰ ਕਿਸੇ ਕੋਰਟ ਦੁਆਰਾ ਕਿਸੇ ਅਦਾਲਤ ਦੁਆਰਾ ਦੋਸ਼ੀ ਠਹਿਰਾਇਗਾ ਕਿਸੇ ਵੀ ਕੇਸ ਦੇ ਵਿੱਚ ਇਹਦੇ ਤੇ ਜਨਰਲੀ ਨੋ ਆ ਜਾਏਗਾ ਅਨਸਰ ਜਿਨ੍ਹਾਂ ਦਾ ਕੋਈ ਕੇਸ ਇਸ ਤਰ੍ਹਾਂ ਦਾ ਹੈ ਕਿ ਤੁਹਾਨੂੰ ਕੋਰਟ ਦੁਆਰਾ ਅਦਾਲਤ ਦੁਆਰਾ ਦੋਸ਼ੀ ਠਹਿਰਾਇਆ ਗਿਆ ਹੋਵੇ ਕਿਸੇ ਗੈਸ ਤੇ ਵਿੱਚ ਤਾਂ ਤੁਸੀਂ ਇੱਥੇ ਆਪਣੀ ਪੂਰੀ ਡਿਟੇਲ ਉਹਦੀ ਕੇਸ ਦੀ ਦੇਣੀ ਹੈ ਔਰ 13ਵੇਂ ਨੰਬਰ ਤੇ ਹੈ ਨੇਮ ਆਫ ਟੂ ਰਿਸਪੌਂਸਿਬਲ ਪਰਸਨਸ ਆਫ ਯੂਅਰ ਲੋਕੈਲਿਟੀ ਔਰ ਟੂ ਰੈਫਰੈਂਸਸ ਟੂ ਹோம் ਯੂ ਆਰ ਨੋਨ ਜਿਹੜੇ ਦੋ ਕੋਈ ਰੈਫਰੈਂਸ ਦੇਣੇ ਆ ਜਿਹੜੇ ਤੁਹਾਨੂੰ ਜਾਣਦੇ ਹੋਣ ਜਾਂ ਤੁਹਾਡੇ ਮਹੱਲੇ ਦੇ ਪਿੰਡ ਦੇ ਕੋਈ ਜਿਹੜੇ ਮੋਤਵਰ ਬੰਦੇ ਆ ਉਹਨਾਂ ਦੇ ਤੁਸੀਂ ਨਾਮ ਦੇ ਸਕਦੇ ਹੋ ਜਾਂ ਤੁਸੀਂ ਆਪਣੇ ਪੰਚਾਇਤ ਮੈਂਬਰ ਸਰਪੰਚ ਜੇ ਤੁਸੀਂ ਪਿੰਡ ਨੂੰ ਬਿਲੋਂਗ ਕਰਦੇ ਹੋ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਤੁਸੀਂ ਕਿਸੇ ਆਪਣੇ ਵਾਰਡ ਦੇ ਐਮਸੀ ਵਗੈਰਾ ਜਾਂ ਹੋਰ ਕਿਸੇ ਵੀ ਮਾਤਵਰ ਬੰਦੇ ਦਾ ਤੁਸੀਂ ਇੱਥੇ ਰੈਫਰੈਂਸ ਦੇ ਸਕਦੇ ਹੋ ਔਰ ਉਹਨਾਂ ਦੀ ਡਿਟੇਲ ਇੱਥੇ ਭਰ ਦੇਣੀ ਹੈ ਨਾਮ ਅਹੁਦਾ ਤੇ ਉਹਨਾਂ ਦੇ ਮੋਬਾਈਲ ਨੰਬਰ ਵਗੈਰਾ ਐਡਰੈਸ ਵਗੈਰਾ ਭਰ ਦੇਣਾ ਉਸ ਤੋਂ ਬਾਅਦ ਆਈ ਸਰਟੀਫਾਈਡ ਥੈਟ ਦ ਅਵਰਬ ਇਨਫੋਰਮੇਸ਼ਨ ਇਜ਼ ਕਰੈਕਟ ਐਂਡ ਕੰਪਲੀਟ ਟੂ ਦ ਬੈਸਟ ਆਫ ਮਾਈ ਨੋਲੇਜ ਐਂਡ ਬਿਲੀਫ ਕਿ ਮੈਂ ਸਰਟੀਫਾਈ ਕਰਦਾ ਤਸਦੀਕ ਕਰਦਾ ਕਿ ਉੱਪਰ ਦਿੱਤੀ ਜਿਹੜੀ ਜਾਣਕਾਰੀ ਉਹ ਮੇਰੇ ਮੁਤਾਬਕ ਬਿਲਕੁਲ ਠੀਕ ਹੈ ਇੱਥੇ ਨੀਚੇ ਡੇਟ ਭਰ ਦੇਣੀ ਹੈ ਤੁਸੀਂ ਜਿਹੜੀ ਡੇਟ ਨੂੰ ਇਹ ਫਾਰਮ ਭਰ ਰਹੇ ਹੋ ਪਲੇਸ ਭਰ ਦੇਣਾ ਜਿਹੜੀ ਜਗ੍ਹਾ ਤੇ ਤੁਸੀਂ ਇਹ ਫਾਰਮ ਭਰ ਰਹੇ ਹੋ ਤੇ ਸਿਗਨੇਚਰ ਆਫ ਕੈਂਡੀਡੇਟ ਇੱਥੇ ਤੁਹਾਡੇ ਸਿਗਨੇਚਰ ਹੋ ਜਾਣੇ ਆ ਸਾਈਨ ਹੋ ਜਾਣੇ ਫਿਰ ਇਸ ਤੋਂ ਨੀਚੇ ਵਾਲੇ ਪਾਰਟ ਦੇ ਵਿੱਚ ਜਿਹੜਾ ਹੈ ਗੈਜਟਡ ਅਫੀਸਰ ਤੋਂ ਸਾਈਨ ਕਰਵਾਉਣਾ ਕਿਸੇ ਵੀ ਗੈਜਟਡ ਅਫੀਸਰ ਤੋਂ ਇਹ ਨੀਚੇ ਵਾਲਾ ਜਿਹੜਾ ਫਾਰਮ ਹੈ ਉਹ ਸਾਈਨ ਹੋਏਗਾ ਇੱਥੇ ਭਰਿਆ ਜਾਏਗਾ ਸਰਟੀਫਾਈਡ ਥੈਟ ਆਈ ਨੋ ਸ਼੍ਰੀ ਸ਼੍ਰੀਮਤੀ ਸਨ ਆਫ ਡਾਕਟਰ ਆਫ ਵਾਈਫ ਆਫ ਤੁਹਾਡਾ ਕੈਂਡੀਡੇਟ ਦਾ ਇੱਥੇ ਨਾਮ ਭਰਿਆ ਜਾਏਗਾ ਕਿ ਮੈਂ ਇਹਨ for the last dash dash months and that the particulars furnished are correct to the best of my knowledge and belief ke main inna nu inne salan ton inne mahinayan ton niji taur to te jaan da aur uh, jehde particulars furnish kite ne are correct to the best of my knowledge and belief ke upar jehde particulars bhare hai form upar bhare hai upar la hisaab bilkul theek hai meri knowledge de mutabik ik tarah di cross checking hai aur niche eh form simple bhar ke gazetted officer de sign mohar ਤੇ ਉਹਨਾਂ ਦਾ ਆਧਾ ਲਿਖ ਦੇਣਾ ਤੇ ਐਡਰੈਸ ਲਿਖਿਆ ਜਾਏਗਾ ਇੱਕ ਸਾਈਡ ਤੇ ਡੇਟ ਐਂਡ ਪਲੇਸ ਹੈ ਇਹ ਲਿਖਿਆ ਜਾਏਗਾ ਇਹ ਤਾਂ ਹੋ ਗਿਆ ਜੀ ਅਟੈਸਟੇਸ਼ਨ ਫਾਰਮ ਕਿਵੇਂ ਭਰਨਾ ਤੁਸੀਂ ਸਿੰਪਲ ਤੁਹਾਨੂੰ ਸਮਝਾ ਦਿੰਦਾ ਅਗਲਾ ਫਾਰਮ ਜਿਹੜਾ ਹੈ ਉਹ ਹੈ ਸਵੇ ਘੋਸ਼ਨਾ ਕਿਵੇਂ ਭਰੀ ਜਾਣੀ ਹੈ ਫਾਰਮ ਹੈ ਸਵੇ ਘੋਸ਼ਨਾ ਦਾ ਫਾਰਮ ਵੀ ਬੜਾ ਸਿੰਪਲ ਫਾਰਮ ਹੈ ਇੱਥੇ ਸਵੇ ਤਸਦੀਕ ਤੁਹਾਡੀ ਫੋਟੋ ਲੱਗ ਜਾਣੀ ਹੈ ਜੇ ਤੁਸੀਂ ਫਾਰਮ ਦੇਖ ਰਹੇ ਹੋ ਜਿਹੜਾ ਪਬਲਿਕ ਨੋਟਿਸ ਪੀਐਸਪੀਸੀਐਲ ਦੀ ਸਾਈਟ ਤੇ ਪਾਇਆ ਉਹਦੇ ਨਾਲ ਹੀ ਜਿੱਥੇ ਸ਼ਡਿਊਲ ਪਾਇਆ ਗਿਆ ਉਹਦੇ ਨਾਲ ਹੀ ਨੀਚੇ ਦੋ ਤਿੰਨ పే ਜਿਹੜੇ ਫਾਰਮ ਨੇ ਸਿੰਪਲ ਫਾਰਮ ਦਿੱਤੇ ਆ ਤੇ ਲਿਸਟ ਦਿੱਤੀ ਆ ਡਾਕੂਮੈਂਟ ਦੀ ਉਤੋਂ ਤੁਸੀਂ ਇਹਦਾ ਪ੍ਰਿੰਟ ਵਗੈਰਾ ਲੈ ਸਕਦੇ ਹੋ ਔਰ ਇਹ ਸਵੇ ਘੋਸ਼ਣਾ ਫਾਰਮ ਦੇ ਵਿੱਚ ਇੱਥੇ ਤੁਹਾਡੀ ਸਵੇ ਤਸਦੀਕ ਫੋਟੋ ਲੱਗ ਜਾਣੀ ਹੈ ਅਨਿਆਂਕ ਅਨਿਆਂਕ ਸਟਾਮ ਕਾਗਜ਼ ਉੱਤੇ ਸਵੇ ਘੋਸ਼ਣਾ ਪੱਤਰ ਦੇਣਾ ਸਿੰਪਲ ਪਲੇਨ ਪੇਪਰ ਦੇ ਉੱਪਰ ਇਹਦੇ ਤੇ ਤੁਹਾਡਾ ਮੈਂ ਤੋਂ ਬਾਅਦ ਸ਼ੁਰੂ ਹੋ ਜਾਏਗਾ ਨਾਮ ਔਰ ਪੁੱਤਰ ਪੁੱਤਰੀ ਤੁਹਾਡੇ ਫਾਦਰਸ ਜਾਂ ਤੁਹਾਡੇ ਹਸਬੰਦ ਦਾ ਨਾਮ ਆ ਜਾਏਗਾ ਪਿੰਡ ਤੁਹਾਡਾ ਜਾਂ ਸ਼ਹਿਰ ਜਿਹੜਾ ਹੈ ਜ਼ਿਲ੍ਹਾ ਆ ਜਾਏਗਾ ਤੁਹਾਡਾ ਐਡਰੈਸ ਆ ਜਾਏਗਾ ਇੱਥੇ ਤੇਤੇ ਬਿਆਨ ਦੀ ਪੁਸ਼ਟੀ ਅਤੇ ਸਵੇ ਘੋਸ਼ਣਾ ਕਰਦਾ ਹਾਂ ਕਰਦੀ ਹਾਂ ਇੱਥੇ ਤੁਸੀਂ ਇਹ 3-4 ਪੁਆਇੰਟ ਆਪਣੇ ਵੱਲੋਂ ਡਿਕਲੇਅਰ ਕਰਨੇ ਨੇ ਔਰ ਇਹਨਾਂ ਤੋਂ ਨੀਚੇ ਕਿ ਮੈਂ ਨੈਤਿਕ ਚਰਿੱਤਰਹੀਣਤਾ ਪੱਖੋਂ ਕੋ ਦੋਸ਼ੀ ਠਹਿ ਰਿਹਾ ਗਿਆ ਵਿਅਕਤੀ ਨਹੀਂ ਹਾਂ ਮੈਂ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਰੈਗੂਲਰ ਸਿੱਖਿਆ ਪ੍ਰਾਪਤ ਨਹੀਂ ਕਰ ਰਿਹਾ ਮੈਂ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀ ਨਹੀਂ ਕਰ ਰਿਹਾ ਅਪ੍ਰੈਂਟਿਸਪਲ 1961 ਤੇ ਅਪ੍ਰੈਂਟਿਸਪਲ ਐਕਟ 1961 ਦੇ ਨਿਯਮ ਤੰ ਦੇ ਉੱਪਰ ਲਬਦ ਅਨੁਸਾਰ ਮੈਂ ਅਜੇ ਹੀ ਟ੍ਰੇਨਿੰਗ 1 ਸਾਲ ਜਾਂ ਇਸ ਤੋਂ ਬਾਅਦ ਸਮੇਂ ਲਈ ਕਦੇ ਵੀ ਨਹੀਂ ਕੀਤੀ ਮੈਂ ਫਰੈਂਸ ਦੇ ਫੈਕਟਰੀ ਦੇ ਸਾਰੇ ਨਿਯਮਾਂ ਤੇ ਬੇਨਿਯਮਾਂ ਬੰਨਣਾ ਤੇ ਸ਼ਰਤਾਂ ਦੀ ਪਾਲਣਾ ਕਰਾਂਗਾ ਇੱਥੇ نیچے ਤੁਸੀਂ ਘੋਸ਼ਣਾ ਕਾਰਜ ਇੱਥੇ ਲੈ ਕੇ ਕੈਂਡੀਡੇਟ ਨੇ ਖੁਦ ਆਪਣੇ ਸਾਈਨ ਕਰ ਦੇਣੇ ਉਸ ਤੋਂ ਬਾਅਦ ਦੁਆਰਾ ਤਸਦੀਕ ਕੀਤਾ ਜਾਣਾ ਕੈਂਡੀਡੇਟ ਵੱਲੋਂ ਕਿ ਮੈਂ ਬਿਲਕੁਲ ਉੱਪਰ ਦਿੱਤੀ ਜਾਣਕਾਰੀ ਜਿਹੜੀ ਸਹੀ ਦੇ ਰਿਹਾ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਛੁਪਾ ਕੇ ਨਹੀਂ ਰੱਖੀਗੀ نیچے ਦੁਆਰਾ ਲਿਖਿਆ ਘੋਸ਼ਣਾ ਕਾਰ ਇੱਥੇ ਸਾਈਨ ਹੋਣੇ ਸੋ ਸਵੇ ਘੋਸ਼ਣਾ ਦੇ ਉੱਪਰ ਤੁਹਾਡਾ ਨਾਮ ਫਾਦਰ ਨੇਮ ਐਡਰੈਸ ਲਿਖਿਆ ਜਾਣਾ ਔਰ ਤੁਹਾਡੀ ਫੋਟੋ ਲੱਗ ਜਾਣੀ ਹੈ ਉਸ ਤੋਂ ਘੋਸ਼ਨਾਕਾਰ ਜਿੱਥੇ ਲਿਖਿਆ ਉੱਥੇ ਤੁਹਾਡੇ ਸਾਈਨ ਹੋਣਗੇ ਦੋ ਜਗ੍ਹਾ ਤੇ ਤੁਸੀਂ ਸਾਈਨ ਕਰ ਦੇਣੇ ਆਪਣੇ ਇੱਥੇ ਸੋ ਇਹ ਬੜਾ ਸਿੰਪਲ ਫਾਰਮ ਹੈ ਸਵੇ ਘੋਸ਼ਨਾ ਦਾ ਅਗਲਾ ਜਿਹੜਾ ਫਾਰਮ ਹੈ ਹਰਜਾਨਾ ਪੂਰਤੀ ਬਾਂਡ ਹਰਜਾਨਾ ਪੂਰਤੀ ਬਾਂਡ ਦੇ ਵਿੱਚ ਤੁਹਾਨੂੰ ਦੱਸਦੀ ਇੱਕ ਇੱਕ ਤਰ੍ਹਾਂ ਦਾ ਇਕਰਾਰਨਾਮਾ ਹੈ ਪੀਐਸ ਪੀਸੀਐਲ ਦੇ ਵਿੱਚ ਵਰ ਕੈਂਡੀਡੇਟ ਦੇ ਵਿਚਕਾਰ ਕਿ ਜੇ ਕਿਸੇ ਤਰ੍ਹਾਂ ਦਾ ਕੋਈ ਹਰਜਾਨਾ ਹੋ ਜਾਂਦਾ ਉਹਦੀ ਪੂਰਤੀ ਲਈ ਮੈਂ ਕਲੇਮ ਨਹੀਂ ਕਰਾਂਗਾ ਕੈਂਡੀਡੇਟਸ ਵੱਲੋਂ ਇਹ ਡੈਕਲੇਸ਼ਨ ਹੈ 25 ਰੁਪਏ ਦੇ ਨਿਆਇਕ ਸਟਾਮ ਕਾਗਜ਼ ਉੱਤੇ ਹਰਜਾਨਾ ਪੂਰਤੀ ਬੌਂਡ ਹੈ ਜਿਹੜਾ ਮੈਜਿਸਟਰੇਟ ਤੋਂ ਤਸਦੀਕ ਕਰਵਾਇਆ ਹੋਣਾ ਚਾਹੀਦਾ ਹੈ ਇਹ ਭਰਿਆ ਜਾਣਾ ਸੋ ਇਹ ਹਰਜਾਨਾ ਪੂਰਤੀ ਲਿਖਤ ਮਿਤੀ ਖਾਲੀ ਥਾਂ ਨੂੰ ਇੱਕ ਪਾਸੇ ਪੰਜਾਬ ਰਾਜ ਇਸਾਰੀ ਵਰਡਿੰਗ ਲਿਖੀ ਹੈ ਕਿ ਐਨੀ ਮਿਤੀ ਨੂੰ ਇੱਕ ਪਾਸੇ ਪੀਐਸਪੀਸੀਐਲ ਦੇ ਵਿਚਕਾਰ ਹੋਇਆ ਜਿਹੜਾ ਇਕਰਾਰਨਾਮਾ ਹੈ ਹਰਜਾਨਾ ਪੂਰਤੀ ਦੀ ਲਿਖਤ ਹੈ ਦੂਸਰੇ ਪਾਸੇ ਤੁਹਾਡਾ ਆਪਣਾ ਕੈਂਡੀਡੇਟ ਦਾ ਨਾਮ ਆ ਜਾਏਗਾ ਔਰ ਤੁਹਾਡੇ ਫਾਦਰ ਸਾਹਿਬ ਦਾ ਨਾਮ ਆ ਜਾਏਗਾ ਜਾਂ ਤੁਹਾਡੇ ਹਸਬੰਦ ਦਾ ਨਾਮ ਆ ਜਾਏਗਾ ਪੁੱਤਰ ਸ਼੍ਰੀ ਇਹ ਤੇ ਨਾਮ ਭਰ ਕੇ ਜ਼ਿਲ੍ਹਾ ਅੱਗੇ ਐਡਰੈਸ ਆ ਜਾਏਗਾ ਔਰ نیچے ਹੋਰ ਕੁਝ ਵੀ ਕਿਤੇ ਨਹੀਂ ਭਰਨਾ ਤੁਸੀਂ ਸਾਰੀਆਂ ਸ਼ਰਤਾਂ ਕਿਵੇਂ ਮਨਜ਼ੂਰ ਹੋਣੀਆਂ ਕਿਸੇ ਤਰ੍ਹਾਂ ਦਾ ਕੰਮ ਕਰਦੇ ਸਮੇਂ ਜਾਂ ਟ੍ਰੇਨਿੰਗ ਦੇ ਦੌਰਾਨ ਕੋਈ ਮੇਰਾ ਲਾਸ ਹੋ ਜਾਣਾ ਜਾਂ ਕਿਸੇ ਤਰ੍ਹਾਂ ਦਾ ਹਰਜਾਨਾ ਹੋ ਜਾਣਾ ਤਾਂ ਮੈਂ ਉਹਦੀ ਪੂਰਤੀ ਲਈ ਕਲੇਮ ਨਹੀਂ ਕਰਾਂਗਾ ਇਹਹੀ ਵਾਰਡਿੰਗ ਡਿਟੇਲ ਦੇ ਵਿੱਚ ਲਿਖੀ ਹੋਈ ਹੈ ਉਸ ਤੋਂ ਬਾਅਦ نیچے ਸਾਈਨ ਕਰਨੇ ਤੁਸੀਂ ਤਕਨੀਕੀ ਅਫਸਰਸ ਤਕਨੀਕੀ ਅਫਸਰਸ ਦੇ ਤੁਹਾਡੇ ਆਪਣੇ ਖੁਦ ਦੇ ਸਾਈਨ ਹੋ ਜਾਣੇ ਨੇ ਇੱਕ ਇੱਥੇ ਗਵਾਹ ਦੇ ਸਾਈਨ ਹੋ ਜਾਣੇ ਨੇ ਔਰ ਇਹ ਜਿਹੜੇ ਪੀਐਸਪੀਸੀਐਲ ਵੱਲੋਂ ਆਪਣੇ ਆਪ ਉੱਥੇ ਸਾਈਨ ਕੀਤਾ ਜਾਏਗਾ ਇਹ ਤੁਸੀਂ ਇਸ ਤਰ੍ਹਾਂ ਕਰਕੇ ਲੈ ਕੇ ਚਲੇ ਜਾਣਾ ਨਿਆਇਕ ਸਟਾਮ 25 ਰੁਪਏ ਦੇ ਉੱਪਰ ਮੈਜਿਸਟਰੇਟ ਤੋਂ ਤਸਦੀਕ ਕਰਵਾਇਆ ਹੋਵੇ ਅਟੈਸਟ ਕਰਵਾਉਣਾ ਮੈਜਿਸਟਰੇਟ ਤੋਂ ਸੋ ਇਹ ਹੈ ਹਰਜਾਨਾ ਪੂਰਤੀ ਬਾਂਡ ਬੜੇ ਸਿੰਪਲ ਤਿੰਨੋ ਫਾਰਮ ਨੇ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਵੇ ਦੁਆਰਾ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਇਹਨਾਂ ਨੂੰ ਤਿੰਨਾਂ ਨੂੰ ਭਰਨਾ ਹੈ ਤੇ ਨਾ ਬਾਕੀ ਜਿਹੜੇ ਤੁਹਾਡੇ 10th ਆਨਵਰਸ 10th ਡਿਪਲੋਮਾ ਡਿਗਰੀ ਆਧਾਰ ਕਾਰਡ ਵੇਰਾ ਲਿਸਟ ਆਪਾਂ ਕੱਲ੍ਹ ਵਾਲੀ ਵੀਡੀਓ ਚ ਸ਼ੇਅਰ ਕੀਤੀ ਤੁਹਾਡੇ ਨਾਲ ਉਹ ਤੁਸੀਂ ਡਾਕੂਮੈਂਟਸ ਲੈ ਕੇ ਜਾਣੇ ਨੇ ਸੈਟ ਉਹਨਾਂ ਦੇ ਫੋਟੋਕਾਪੀ ਬਣਾ ਕੇ ਉਮੇ ਦੇ ਲੈ ਕੇ ਜਾਣੇ ਨੇ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ 1123 ਤੋਂ ਵੱਧਾ ਬਣਿਆ ਹੋਵੇ ਸੋ ਇਹਦੇ ਨਾਲ ਹੀ ਸਾਰੇ ਉਮੀਦਵਾਰਾਂ ਨੂੰ ਸਾਰੇ ਕੈਂਡੀਡੇਟਸ ਨੂੰ ਸ਼ੁਭ ਕਾਮਨਾਵਾਂ ਗੁੱਡ ਲੱਕ ਮੇਰੇ ਵੱਲੋਂ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ